ਐਸਐਸਪੀ ਲੱਗਦੇ ਆ, ਡੀਸੀ ਲੱਗਦੇ ਆ, ਭਗਵੰਤ ਮਾਨ ਨਹੀਂ ਲਾਉਂਦਾ, ਆ ਲਾਉਂਦਾ ਕੇਜਰੀਵਾਲ, ਦਿੱਲੀਓਂ ਆਰਡਰ ਆਉਂਦੇ ਆ। ਭਗਵੰਤ ਮਾਨ ਨੂੰ ਤਾਂ ਡਰਾਈਵਰ ਬਣਾ ਕੇ ਰੱਖਿਆ, ਜਿੱਥੇ ਕੇਜਰੀਵਾਲ ਨੇ ਹਿੰਦੁਸਤਾਨ ਜਾਣਾ, ਭਾਵੇਂ ਗੋਆ ਜਾਣਾ, ਭਾਵੇਂ ਹੈਦਰਾਬਾਦ ਜਾਣਾ, ਭਾਵੇਂ ਬੈਂਗਲੋਰ ਜਾਣਾ, ਭਾਵੇਂ ਜੈਪੁਰ ਜਾਣਾ, ਟੈਲੀਫੋਨ ਭਗਵੰਤ ਮਾਨ ਨੂੰ ਕੀਤਾ ਜਾਂਦਾ, ਪੰਜਾਬ ਦੀ ਪੁਲਿਸ ਨਾਲ ਭੇਜੀ ਜਾਂਦੀ ਹੈ, ਪੰਜਾਬ ਸਰਕਾਰ ਹਵਾਈ ਜਹਾਜ਼ ਕਿਰਾਏ ਤੇ ਲੈਂਦਾ, ਉਸੇ ਜਹਾਜ਼ ਤੇ ਫਿਰ ਉਹ ਲੈ ਕੇ ਜਾਂਦੇ ਆ। ਤਕਰੀਬਨ 125 ਕਰੋੜ ਰੁਪਇਆ ਪਿਛਲੇ 6 ਮਹੀਨਿਆਂ ਚ ਕਿਰਾਇਆ ਹੀ ਭਰ ਦਿੱਤਾ ਜਹਾਜ਼ ਦਾ, ਜਿਹਦਾ ਕਿਰਾਇਆ 8 ਲੱਖ ਤੋਂ 10 ਲੱਖ ਰੁਪਇਆ ਘੰਟਾ ਹੈ, ਜੇ ਜਹਾਜ਼ ਤੇ ਉਹਨੂੰ ਲੈ ਕੇ ਜਾਂਦੇ। ਆ ਆਮ ਆਦਮੀ ਪਾਰਟੀ ਦਾ ਨਾਂ ਰੋਸ਼ਨ ਕਰਨਗੇ। ਇਸ ਕਰਕੇ ਮੈਂ ਆਹੀ ਬੇਨਤੀ ਕਰਨਾ ਚਾਹੁੰਦਾ, ਤੁਹਾਡੀ ਆਪਣੀ ਮਾਂ ਪਾਰਟੀ ਹੈ, ਕੌਮ ਦੀ ਜਥੇਬੰਦੀ ਹੈ, ਖਾਲਸਾ ਪੰਥ ਦੀ ਜਥੇਬੰਦੀ ਹੈ, 103 ਸਾਲ ਪੁਰਾਣੀ ਜਥੇਬੰਦੀ ਹੈ, ਤੁਹਾਡੀ ਖੂਨ, ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿੱਝੀ ਹੋਈ ਜਥੇਬੰਦੀ ਹੈ, ਉਹ ਜਥੇਬੰਦੀ ਹੈ ਜਿਹਨੇ ਪੰਜਾਬ ਦੀ ਹਰ ਲੜਾਈ ਲੜੀ ਹੈ, ਹਰ ਗਰੀਬ ਕਿਸਾਨ ਦੀ, ਮਜ਼ਦੂਰ ਦੀ ਲੜਾਈ ਲੜੀ ਹੈ। ਅੱਜ ਤੁਹਾਡੇ ਟਿਊਬਵੈਲਾਂ ਦੇ ਕਨੈਕਸ਼ਨ ਹੈ, ਬਿਜਲੀ ਮੁਫ਼ਤ ਹੈ, ਤੁਹਾਡੀਆਂ ਮੰਡੀਆਂ ਬਣਾਈਆਂ, ਤੁਹਾਡੇ ਫੋਕਲ ਪੁਆਇੰਟ ਬਣਾਏ ਆ, ਸੜਕਾਂ ਲਿੰਕ ਰੋਡ ਬਣਾਈਆਂ, ਬਿਜਲੀ ਦੇ ਥਰਮਲ ਪਲਾਂਟ ਬਣਾਏ, ਹਾਈਵੇ ਬਣਾਏ, ਏਅਰਪੋਰਟ ਬਣਾਏ, ਸਾਰੇ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ। ਆ ਜਿੰਨੀਆਂ ਸਕੀਮਾਂ ਸੀ, ਆਟਾ ਦਾਲ, ਸ਼ਗਨ, ਪੈਨਸ਼ਨ ਗਰੀਬਾਂ ਨੂੰ ਤੇ ਕਿਸਾਨਾਂ ਨੂੰ ਜੋ ਵੀ ਸਹੂਲਤ ਸੀ, ਸਾਰੀ ਤੁਹਾਡੀ ਆਪਣੀ ਪਾਰਟੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ। ਇਸ ਕਰਕੇ ਆਪਣੀ ਆਪਣੇ ਆਪਣੇ ਹੁੰਦੇ ਆ, ਐਸਐਸਪੀ ਲੱਗਦੇ ਆ, ਡੀਸੀ ਲੱਗਦੇ ਆ, ਭਗਵੰਤ ਮਾਨ ਨਹੀਂ ਲਾਉਂਦਾ, ਆ ਲਾਉਂਦਾ ਕੇਜਰੀਵਾਲ, ਦਿੱਲੀਓਂ ਆਰਡਰ ਆਉਂਦੇ ਆ। ਭਗਵੰਤ ਮਾਨ ਨੂੰ ਤਾਂ ਡਰਾਈਵਰ ਬਣਾ ਕੇ ਰੱਖਿਆ, ਜਿੱਥੇ ਕੇਜਰੀਵਾਲ ਨੇ ਹਿੰਦੁਸਤਾਨ ਜਾਣਾ, ਭਾਵੇਂ ਗੋਆ ਜਾਣਾ, ਭਾਵੇਂ ਹੈਦਰਾਬਾਦ ਜਾਣਾ, ਭਾਵੇਂ ਬੈਂਗਲੋਰ ਜਾਣਾ, ਭਾਵੇਂ ਜੈਪੁਰ ਜਾਣਾ, ਟੈਲੀਫੋਨ ਭਗਵੰਤ ਮਾਨ ਨੂੰ ਕੀਤਾ ਜਾਂਦਾ, ਪੰਜਾਬ ਦੀ ਪੁਲਿਸ ਨਾਲ ਭੇਜੀ ਜਾਂਦੀ ਹੈ, ਪੰਜਾਬ ਸਰਕਾਰ ਹਵਾਈ ਜਹਾਜ਼ ਕਿਰਾਏ ਤੇ ਲੈਂਦਾ, ਉਸੇ ਜਹਾਜ਼ ਤੇ ਫਿਰ ਉਹ ਲੈ ਕੇ ਜਾਂਦੇ ਆ। ਤਕਰੀਬਨ 125 ਕਰੋੜ ਰੁਪਇਆ ਪਿਛਲੇ 6 ਮਹੀਨਿਆਂ ਚ ਕਿਰਾਇਆ ਹੀ ਭਰ ਦਿੱਤਾ ਜਹਾਜ਼ ਦਾ, ਜਿਹਦਾ ਕਿਰਾਇਆ 8 ਲੱਖ ਤੋਂ 10 ਲੱਖ ਰੁਪਇਆ ਘੰਟਾ ਹੈ, ਜੇ ਜਹਾਜ਼ ਤੇ ਉਹਨੂੰ ਲੈ ਕੇ ਜਾਂਦੇ। ਆ ਆਮ ਆਦਮੀ ਪਾਰਟੀ ਦਾ ਨਾਂ ਰੋਸ਼ਨ ਕਰਨਗੇ। ਇਸ ਕਰਕੇ ਮੈਂ ਆਹੀ ਬੇਨਤੀ ਕਰਨਾ ਚਾਹੁੰਦਾ, ਤੁਹਾਡੀ ਆਪਣੀ ਮਾਂ ਪਾਰਟੀ ਹੈ, ਕੌਮ ਦੀ ਜਥੇਬੰਦੀ ਹੈ, ਖਾਲਸਾ ਪੰਥ ਦੀ ਜਥੇਬੰਦੀ ਹੈ, 103 ਸਾਲ ਪੁਰਾਣੀ ਜਥੇਬੰਦੀ ਹੈ, ਤੁਹਾਡੀ ਖੂਨ, ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿੱਝੀ ਹੋਈ ਜਥੇਬੰਦੀ ਹੈ, ਉਹ ਜਥੇਬੰਦੀ ਹੈ ਜਿਹਨੇ ਪੰਜਾਬ ਦੀ ਹਰ ਲੜਾਈ ਲੜੀ ਹੈ, ਹਰ ਗਰੀਬ ਕਿਸਾਨ ਦੀ, ਮਜ਼ਦੂਰ ਦੀ ਲੜਾਈ ਲੜੀ ਹੈ। ਅੱਜ ਤੁਹਾਡੇ ਟਿਊਬਵੈਲਾਂ ਦੇ ਕਨੈਕਸ਼ਨ ਹੈ, ਬਿਜਲੀ ਮੁਫ਼ਤ ਹੈ, ਤੁਹਾਡੀਆਂ ਮੰਡੀਆਂ ਬਣਾਈਆਂ, ਤੁਹਾਡੇ ਫੋਕਲ ਪੁਆਇੰਟ ਬਣਾਏ ਆ, ਸੜਕਾਂ ਲਿੰਕ ਰੋਡ ਬਣਾਈਆਂ, ਬਿਜਲੀ ਦੇ ਥਰਮਲ ਪਲਾਂਟ ਬਣਾਏ, ਹਾਈਵੇ ਬਣਾਏ, ਏਅਰਪੋਰਟ ਬਣਾਏ, ਸਾਰੇ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ। ਆ ਜਿੰਨੀਆਂ ਸਕੀਮਾਂ ਸੀ, ਆਟਾ ਦਾਲ, ਸ਼ਗਨ, ਪੈਨਸ਼ਨ ਗਰੀਬਾਂ ਨੂੰ ਤੇ ਕਿਸਾਨਾਂ ਨੂੰ ਜੋ ਵੀ ਸਹੂਲਤ ਸੀ, ਸਾਰੀ ਤੁਹਾਡੀ ਆਪਣੀ ਪਾਰਟੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ। ਇਸ ਕਰਕੇ ਆਪਣੀ ਆਪਣੇ ਆਪਣੇ ਹੁੰਦੇ ਆ।